ਸ਼ਿਵ ਕੇ ਦਰবেশ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਜੁ ਨਕੌਦਰ ਦਰਬਾਰ ਦੇ ਬਾਜ਼ਾਰ ਨੇ ਉੱਥੋਂ ਕੜੇ ਮਿਲਦੇ ਨੇ ਇੱਕ ਹਰੇ ਰੰਗ ਦੇ ਕੜੇ ਲਾਲ ਰੰਗ ਦੇ ਕੜੇ ਤੁਸੀਂ ਦੇਖਿਆ ਹੋਣਾ ਸਾਈ ਲਾਡੀ ਸ਼ਾਹ ਸਰਕਾਰ ਜੀ ਦੇ ਹੱਥ ਵਿੱਚ ਵੀ ਉਹ ਕੜੇ ਪਏ ਨੇ ਬਾਬਾ ਗੁਰਦਾਸ ਮਾਨ ਸਾਹਿਬ ਦੇ ਵੀ ਹੱਥ ਵਿੱਚੋਂ ਕੜੇ ਪਏ ਨੇ ਤਾਂ ਉਹ ਕੜਿਆਂ ਦਾ ਕੀ ਮਤਲਬ ਆ ਕੋਈ ਇਦਾਂ ਨਹੀਂ ਵੀ ਹਰ ਇੱਕ ਚੀਜ਼ ਹਰ ਇੱਕ ਚੀਜ਼ ਆ ਕੋਈ ਮਤਲਬ ਹੁੰਦਾ ਉਸ ਚੀਜ਼ ਦਾ ਕੀ ਮਤਲਬ ਆ ਤਬਾਪੂ ਲਾਲ ਬਾਦਸ਼ਾਹ ਜੀ ਇਸ ਚੀਜ਼ ਬਾਰੇ ਦੱਸਦੇ ਹੁੰਦੇ ਸੀਗੇ ਜਦੋਂ ਵੀ ਕੋਈ ਦਰਬਾਰ ਤੇ ਜਾਂਦਾ ਬਾਪੂ ਲਾਲ ਬਾਦਸ਼ਾਹ ਜੀ ਦੇ ਜਾਂ ਉਹਨਾਂ ਦੇ ਉਹ ਕੜਾ ਪਾ ਕੇ ਦਰਬਾਰ ਤੇ ਜਾਂਦਾ ਹੁੰਦਾ ਸੀ ਤਾਂ ਬਾਪੂ ਲਾਲ ਬਾਦਸ਼ਾਹ ਜੀ ਗੁੱਸਾ ਹੋ ਜਾਂਦੇ ਹੁੰਦੇ ਸੀਗੇ ਕਿਉਂ ਹੁੰਦੇ ਹੁੰਦੇ ਸੀ ਕਿ ਬਾਪੂ ਲਾਲ ਬਾਦਸ਼ਾਹ ਜੀ ਕਹਿੰਦੇ ਹੁੰਦੇ ਸੀਗੇ ਕਹਿੰਦੇ ਫਕੀਰੀ ਲੱਗਦਾ ਇੰਨੀ ਸਸਤੀ ਹੋ ਗਈ ਜਿਹੜਾ ਜਣਾ ਖਾਣਾ ਹੀ ਪਾਈ ਫਿਰਦਾ ਇਹ ਫਕੀਰਾਂ ਦੇ ਗਹਿਣੇ ਆ ਇਹ ਇੰਨੇ ਸੌਖੇ ਨਹੀਂ ਮਿਲਦੇਗੇ ਲੱਗਦਾ ਫਕੀਰੀ ਇੰਨੀ ਸਸਤੀ ਹੋਗੀ ਤਾਂ ਲਾਲ ਬਾਦਸ਼ਾਹ ਜੀ ਹੋਰ ਫਕੀਰ ਉਹਨਾਂ ਦੇ ਗਹਿਣੇ ਨੇ ਇਹ ਆਪਣੀ ਤਾਂ ਔਕਾਤ ਹੀ ਨਹੀਂ ਗਿਆ ਆਪਾਂ ਉਹਨਾਂ ਦੇ ਗਹਿਣੇ ਪਾ ਸਕੀਏ ਤਾਂ ਜਦੋਂ ਲਾਲ ਬਾਦਸ਼ਾਹ ਜੀ ਗਰਮ ਹੋ ਜਾਂਦੇ ਹੁੰਦੇ ਸੀਗੇ ਤਾਂ ਜਦੋਂ ਕਹਿ ਦਿੰਦੇ ਹੁੰਦੇ ਜੇ ਤੁਹਾਨੂੰ ਇਹ ਕੜੇ ਦੇਣ ਵੀ ਤਾਂ ਦੋ ਫਕੀਰ ਦੀ ਆਪਦੀ ਮਰਜ਼ੀ ਹੈ ਤੁਹਾਨੂੰ ਉਹ ਕੜੇ ਪਵਾਵੇ ਜਾਂ ਨਾ ਪਵਾਵੇ ਤਾਂ ਕਈਆਂ ਦੇ ਵੰਗਾ ਇਸ਼ਕ ਦੀਆਂ ਪਵਾ ਵੀ ਦਿੰਦੇ ਆ ਉਹ ਉਹ ਬੰਗਾ ਨੇ ਜਿਹੜੀਆਂ ਬੁੜੀਆਂ ਪਾਉਂਦੀਆਂ ਹੁੰਦੀਆਂ ਨੇ ਕੜੇ ਕਹਿ ਲਓ ਤਾਂ ਫਕੀਰਾਂ ਦੀ ਆਪ ਦੀ ਮਰਜ਼ੀ ਹੈ ਕਿਹਦੇ ਪਵਾਉੜਿਆ ਕਈ ਲੋਕਾਂ ਦੇ ਉਹ ਕੜੇ ਪਵਾਏ ਵੀ ਹੋਏ ਨੇ ਇਸ਼ਕ ਦੇ ਕੜੇ ਨੇ ਉਹ ਇਦਾਂ ਨਹੀਂ ਕਿ ਬਾਜ਼ਾਰ ਦੇ ਵਿੱਚੋਂ ਫੈਸ਼ਨ ਵਾਸਤੇ ਲੈ ਲਿਆ ਜਾਂ ਕੋਸ਼ ਵਾਸਤੇ ਲੈ ਲਿਆ ਫਕੀਰਾਂ ਦੀ ਆਪ ਦੀ ਰਜ਼ਾ ਵਿੱਕੀ ਸਾਈ ਵੀ ਕਹਿੰਦੇ ਮੇਰੇ ਮੇਰੇ ਬੌਲਾ ਦੀ ਮਹਿੰਦੀ ਯਾਰੋ ਗੂੜੇ ਰੰਗ ਦੀ ਜਿਹਨੂੰ ਚੜ ਜਾਵੇ ਗੱਲ ਕਰੇ ਹੋ ਢੱਗ ਦੀ ਉਹ ਮਹਿੰਦੀ ਹੈ ਫਕੀਰਾਂ ਦੀ ਜੀ ਦੀ ਫੱਕਰ ਚਾਹਣ ਉਹਦੀ ਲਾ ਸਕਦੇ ਨੇ ਇਹ ਰੰਗ ਬਹੁਤ ਗੂੜਾ ਜਿਹਦੇ ਚੜ ਗਿਆ ਉਹਦੇ ਤੇ ਲੈਂਦਾ ਫੈਸ਼ਨ ਵਾਸਤੇ ਨਹੀਂ ਇਹ ਕੜੇ ਬਣੇ ਇਹ ਫਕੀਰਾਂ ਦੇ ਗਹਿੜੇ ਨੇ ਆਸਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਤਾਂ ਮੇਰਾ YouTube ਚੈਨਲ ਸ਼ੇਵਕਾ ਦਰਵੇਸ਼ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਹੀ ਬੈਲ ਆਈਕਨ ਜਰੂਰ ਦਬਾਇਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਜੀ ਧੰਨਵਾਦ